ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਆਪ ਜੀ ਨੇ ਕਵਿਤਾ ਸੁਣਾਉਣ ਜਾ ਰਹੀ ਹਾਂ ਉਸ ਵੇਲੇ ਦੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਤਾ ਸੁੰਦਰੀ ਜੀ ਨੇ ਸਵਾਲ ਕੀਤੇ ਸਨ। ਮਾਤਾ ਸੁੰਦਰੀ ਪੁੱਛੇ ਵਾ ਜਵਾਲਿਓ, ਮਾਤਾ ਸੁੰਦਰੀ ਪੁੱਛੇ ਵਾ ਜਵਾਲਿਓ, ਮੇਰੇ ਲਾਲ ਪਿਆਰੇ ਤੁਹਾਡੇ ਨਾਲ ਨਹੀਂ। ਮਾਤਾ ਸੁੰਦਰੀ ਪੁੱਛੇ ਵਾ ਜਵਾਲਿਓ, ਮੇਰੇ ਲਾਲ ਪਿਆਰੇ ਤੁਹਾਡੇ ਨਾਲ ਨਹੀਂ। ਦੇ ਦੇ ਲੋਰੀਆਂ ਜਿਨ੍ਹਾਂ ਨੂੰ ਅਸੀਂ ਪਾਲਿਆ, ਦੇ ਦੇ ਲੋਰੀਆਂ ਜਿਨ੍ਹਾਂ ਨੂੰ ਅਸੀਂ ਪਾਲਿਆ, ਉਹ ਅੱਖੀਆਂ ਦੇ ਤਾਰੇ ਤੁਹਾਡੇ ਨਾਲ ਨਹੀਂ। ਮਾਤਾ ਸੁੰਦਰੀ ਪੁੱਛੇ ਵਾ ਜਵਾਲਿਓ, ਮੇਰੇ ਲਾਲ ਪਿਆਰੇ ਤੁਹਾਡੇ ਨਾਲ ਨਹੀਂ। ਕਿੱਥੇ ਛੱਡ ਆਇਓ ਹੰਸਾਂ ਦੀ ਡਾਰ ਨੂੰ, ਕਿੱਥੇ ਛੱਡ ਆਇਓ ਮਿੱਠੇ ਮਿੱਠੇ ਪਿਆਰ ਨੂੰ, ਕਿੱਥੇ ਛੱਡ ਆਇਓ ਹੰਸਾਂ ਦੀ ਡਾਰ ਨੂੰ, ਕਿੱਥੇ ਛੱਡ ਆਇਓ ਮਿੱਠੇ ਮਿੱਠੇ ਪਿਆਰ ਨੂੰ। ਮਾਵਾਂ ਪੁੱਤਰਾਂ ਦੇ ਵਾਂਗ ਨੇ ਸੁਹਾਂਦੀਆਂ, ਮਾਵਾਂ ਪੁੱਤਰਾਂ ਤੋਂ ਵਾਰੇ ਵਰ ਜਾਂਦੀਆਂ, ਮਾਵਾਂ ਪੁੱਤਰਾਂ ਤੋਂ ਵਾਰੇ ਵਰ ਜਾਂਦੀਆਂ। ਤੁਸੀਂ ਸਾਗਰਿਆ ਥਾਓ ਵਜਵਾਲਿਓ, ਨਹੀਂ ਦਿਸਦੇ ਕਿਨਾਰੇ ਤੁਹਾਡੇ ਨਾਲ ਨਹੀਂ। ਮਾਤਾ ਸੁੰਦਰੀ ਪੁੱਛੇ ਵਜਵਾਲਿਓ, ਮੇਰੇ ਲਾਲ ਪਿਆਰੇ ਤੁਹਾਡੇ ਨਾਲ ਨਹੀਂ। ਹੁਣ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ, ਤੁਸਾਂ ਕਹਿ ਲਿਆ ਬੜਾ ਕੁਝ ਕਹਿ ਲਿਆ, ਅਸਾਂ ਚੁੱਪ ਵੱਡ ਸਾਰਾ ਕੁਝ ਸਹਿ ਲਿਆ। ਤੁਸਾਂ ਕਹਿ ਲਿਆ ਬੜਾ ਕੁਝ ਕਹਿ ਲਿਆ, ਅਸਾਂ ਚੁੱਪ ਵੱਡ ਸਾਰਾ ਕੁਝ ਸਹਿ ਲਿਆ। ਤੇਰੇ ਲਾਲਾਂ ਉੱਤੇ ਮਾਨ ਸਾਰੀ ਜਗ ਨੂੰ, ਤੇਰੇ ਲਾਲਾਂ ਉੱਤੇ ਮਾਨ ਸਾਰੀ ਜਗ ਨੂੰ, ਜਿੰਨਾ ਉੱਚਾ ਕੀਤਾ ਦਾਦੇ ਦੀ ਹੈ ਪੱਗ ਨੂੰ, ਜਿੰਨਾ ਉੱਚਾ ਕੀਤਾ ਦਾਦੇ ਦੀ ਹੈ ਪੱਗ ਨੂੰ, ਸਿਰ ਕਰੀ ਜਾਣਾ ਰੱਖਿਆ ਗੋਬਿੰਦ ਨੇ, ਸਿਰ ਕਰੀ ਜਾਣਾ ਰੱਖਿਆ ਗੋਬਿੰਦ ਨੇ, ਤਾਈਓ ਰਾਜ ਦੁਲਾਰੇ ਸਾਡੇ ਨਾਲ ਨਹੀਂ। ਮਾਤਾ ਸੁੰਦਰੀ ਪੁੱਛੇ ਵਾ ਜਵਾਲਿਓ, ਮੇਰੇ ਲਾਲ ਪਿਆਰੇ ਤੁਹਾਡੇ ਨਾਲ ਨਹੀਂ। ਕਿੱਥੇ ਛੱਡ ਆਇਓ ਹੰਸਾਂ ਦੀ ਡਾਰ ਨੂੰ, ਕਿੱਥੇ ਛੱਡ ਆਇਓ ਮਿੱਠੇ ਮਿੱਠੇ ਪਿਆਰ ਨੂੰ, ਦੇ ਦੇ ਲੋਰੀਆਂ ਜਿਨ੍ਹਾਂ ਨੂੰ ਅਸੀਂ ਪਾਲਿਆ, ਦੇ ਦੇ ਲੋਰੀਆਂ ਜਿਨ੍ਹਾਂ ਨੂੰ ਅਸੀਂ ਪਾਲਿਆ, ਉਹ ਅੱਖੀਆਂ ਦੇ ਤਾਰੇ ਤੁਹਾਡੇ ਨਾਲ ਨਹੀਂ। ਮਾਤਾ ਸੁੰਦਰੀ ਪੁੱਛੇ ਵਾ ਜਵਾਲਿਓ, ਮੇਰੇ ਲਾਲ ਪਿਆਰੇ ਤੁਹਾਡੇ ਨਾਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।